ਅਸਲਾਮ ਅਲੈਕੁਮ ਵਾਲੇਕੁਮ ਸਲਾਮ ਕਿਹੜੇ ਜੀ ਬੋਲਣਾ ਪੈਣਾ ਵਾਲੇਕੁਮ ਸਲਾਮ ਕੀ ਕਰਨ ਆਏ ਮੋਲ 'ਚ ਘੁੰਮਣੇ ਫਿਰਨੇ ਘੁੰਮਣ ਫਿਰਨ ਆਏ ਨਾਲ ਕੌਣ ਕੌਣ ਆਇਆ ਅੰਮੀ ਆਈ ਹੈ ਬਹਿਣ ਆਈ ਹੈ ਅੰਮੀ ਆਏ ਆ ਭੈਣ ਆਏ ਆ ਭੈਣੇ ਗੱਲ ਤਾਂ ਦੱਸ ਐਡੇ ਸੁੱਕੇ ਹੋਣ ਦਾ ਰਾਜ਼ ਕੀ ਆ ਕੁਛ ਵੀ ਨਹੀਂ ਮੈਂ ਤਾਂ ਮੋਟੀ ਹੋਈ ਜਾਂਦੀ ਫੈਲੀ ਜਾਂਦੀਆਂ ਨੇ ਹੁੰਦਾ ਨਾ ਕਿ ਕੋਈ ਕੁੜੀਆਂ ਬੜਾ ਖਿਆਲ ਕਰਦੀਆਂ ਵਾ ਕਿ ਅਸੀਂ ਸੁੱਕੀਆਂ ਰਹੀਏ ਕੁਛ ਵੀ ਨਹੀਂ ਬਸ ਕੰਮ ਖਾਣਾ ਪੀਣਾ ਲੱਗਦਾ ਤੁਸੀਂ ਜਮਾ ਹੀ ਨਹੀਂ ਖਾਂਦੇ ਸੌਂਗਦੇ ਹੋਣੇ ਨਹੀਂ ਨਹੀਂ ਅਤੇ ਨੋਰਮਲ ਰੋਟੀ ਖਾਂਦੇ ਇੱਕ ਖਾਂਦੇ ਦੋ ਰੋਟੀਆਂ ਖਾਂਦੇ ਨਹੀਂ ਨੋਰਮਲ 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 ਅੱਛਾ ਰੋਟੀਆਂ ਦੱਸਣੀਆਂ ਨਹੀਂ ਭਾਵੇਂ ਤਿੰਨ ਖਾਂਦੀ ਹੋਏ ਵਿੱਚੋਂ ਨਹੀਂ ਲੱਗ ਰਹੀਆਂ ਕਰਦੇ ਕੀ ਪੜ੍ਹ ਰਹੇ ਹੋ ਸਟੱਡੀ ਕਰ ਰਹੀ ਹੋ ਕੀ ਬਣਨਾ ਚਾਹੁੰਦੇ ਹੋ ਡਾਕਟਰ ਡਾਕਟਰ ਕਿਹਦੀ ਵਾਲੀ ਡੈਂਟਲ ਕੀ ਅੱਛਾ ਸਾਰੇ ਦੰਦ ਕੱਢਣੇ ਕਿ ਜੋੜਨੇ ਆ ਨਿਕਾਲਨੇ ਆ ਕੱਢਣੇ ਆ ਦੰਦ ਸਾਰਿਆਂ ਦੇ ਚਲੋ ਮੇਰਾ ਇੱਕ ਸਵਾਲ ਦੇਣ ਵਾਲਾ ਜਵਾਬ ਤੁਸੀਂ ਦੱਸਣਾ ਐਸਾ ਕੀੜਾ ਜਾਨਵਰ ਆ ਜਿਹੜਾ 3 ਸਾਲ ਤੱਕ ਸੋ ਸਕਦਾ ਨਹੀਂ ਪਤਾ ਸੋਚੋ ਕੀੜਾ ਹੋਏਗਾ ਨਹੀਂ ਪਤਾ ਨਹੀਂ ਪਰ ਅੱਗੋ ਮੈਂ ਹਾਰ ਗਈ ਮੈਂ ਹਾਰ ਗਈ ਚਲੋ ਕੋਈ ਸ਼ੇਰ ਸੁਣਾ ਦਿਓ ਕੀ ਮੁਹੰਮਦ ਸੇ ਵਫਾ ਤੂਨੇ ਤੋ ਹਮ ਤੇਰੇ ਹੈ ਇਹ ਜਹਾਂ ਚੀਜ਼ ਹੈ ਕਿ ਲੋ ਕਲਮ ਹਮ ਤੇਰੇ ਹੈ ਅਰੇ ਵਾਹ ਵਧੀਆ ਹੋ ਗਿਆ ਮੈਂ ਦੱਸੋ ਸਾਰੀਆਂ ਭੈਣਾਂ ਜਿਹੜੀਆਂ ਸੁੱਕੀਆਂ ਸੁੱਕੀਆਂ ਨਹੀਂ ਬੜੀ ਸਿਸਟਰ ਹੈ ਹੈਲਦੀ ਹੈ ਉਹ ਤੇ ਪੁੱਤ ਤੈਨੂੰ ਕੀ ਹੋਇਆ ਕੁਛ ਰੱਖ ਹਵਾ ਚੱਲੀ ਇਹਨੇ ਉਡਿਆਣਾ ਮੈਨੂੰ ਨਹੀਂ ਟੈਨਸ਼ਨ ਲੱਗੀ ਹੈ ਇਹਨੇ ਉਡਿਆਣਾ ਚੱਲ ਕੋਈ ਗੱਲ ਨਹੀਂ ਬਹੁਤ ਸ਼ੁਕਰੀਆ ਜੀ ਵਧੀਆ ਹੋ ਗਿਆ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਵਾਲੇਕੁਮ ਸਲਾਮ ਕੰਮ ਕੀ ਕਰਦੇ ਹੋ ਮੈਂ ਕੰਮ ਕਰਨਾ ਮਸ਼ੀਨਾਂ ਦਾ ਇਹ ਜੇ ਤੁਸੀਂ ਸੋਟ ਪਾਇਆ ਕਢਾਈ ਅਸੀਂ ਕਰਨੇ ਆ ਇਹ ਵੀ ਕਹਵਾ ਐਡੀ ਜ਼ਹਿਰ ਕਿਉਂ ਲੱਗਣ ਦਈ ਹੈ ਮੈਨੂੰ ਓਨ ਜੀ ਅੱਛਾ ਤੁਸੀਂ ਕੀ ਕਰਦੇ ਹੋ ਸੁਨਨਤ ਦੇ ਸਾਰੇ ਜ਼ਹਿਰ ਲੱਗਦੇ ਨੇ ਸੁਨਨਤ ਰਸੂਲ ਹੈ ਨਾ ਬਸ ਵੀ ਲੋਕ ਜ਼ਹਿਰ ਲੱਗਦੇ ਬਾਹਰ ਤੁਸੀਂ ਅੱਛੇ ਲੱਗ ਰਹੇ ਹੋ ਤੁਹਾਡੇ ਸਿਰ ਤੇ ਦੁਪੱਟਾ ਹੈ ਉਹ ਤਾਂ ਮੈਂ ਲੱਗਣਾ ਹੀ ਆ ਵੀਰੇ ਨਾ ਨਹੀਂ ਅੱਛੀ ਕਹਿੰਦਾ ਪਤਾ ਚੱਲ ਨਹੀਂ ਅੱਛੀ ਲੱਗਦੀਆਂ ਕੋਈ ਹੋਰ ਪਿਛਲੇ ਸ਼ੋਅ 'ਚ ਹਲੇ ਕੱਲ ਹੀ ਆਇਆ ਮੇਰੇ ਸ਼ੋਅ 'ਚ ਕੱਲ ਹੀ ਆਇਆ ਖੈਰ ਮੈਂ ਦੱਸਿਆ ਵੀ ਆ ਇਹਦਾ ਨੱਕ ਹੈ ਨੱਕਦਾ ਨੱਕਦਾ ਕੋਈ ਕੋਣੀ ਮਾਰ ਗਿਆ ਇਹ ਨੱਕ ਤੋਂ ਯਾਦ ਆਇਆ ਹੁਣ ਕਹਾਂ ਕਹਿੰਦਾ ਤੁਹਾਡਾ ਮੂੰਹ ਇਦਾਂ ਹੈਗਾ ਲੇਕਿਨ ਤੁਹਾਡਾ ਹੁਣ ਮੂੰਹ ਧੁਆ ਦੇ ਤੇ ਗੋਡੇ ਵਰਗਾ ਮੂੰਹ ਨਿਕਲ ਆਏਗਾ ਗੋਡਾ ਨਾ ਕਹਿ ਥੋੜਾ ਸਿਹਤਮੰਦ ਆਲਾ ਕੋਈ ਕਹਿ ਗੋਡਾ ਕੀ ਹੁੰਦਾ ਚਲੋ ਕੋਣੀ ਲਾ ਲਓ ਬਿੱਟੇ ਮੂੰਹ ਪੜਾਈ ਮੂੰਹ ਦੱਸਦਾ ਕੋਣੀ ਤਾਂ ਕਹਿ ਕੇ ਅੱਜ ਚਲੋ ਮੇਰਾ ਇੱਕ ਸਵਾਲ ਦੇਣਾ ਉਹਦਾ ਜਵਾਬ ਤੁਸੀਂ ਦੱਸਣਾ ਕਿ ਉਹ ਕੀੜਾ ਜਾਨਵਰ ਆ ਜਿਹੜਾ 3 ਸਾਲ ਤੱਕ ਸੋ ਸਕਦਾ ਕਟੀਅਰ ਆਪਣੇ ਆਪ ਨੂੰ ਚੰਗੀ ਗੱਲ ਆ ਦੱਸ ਇਹਨੂੰ ਸਮਝਾ ਬਾਂਦਰ ਤੇ ਬਾਂਦਰੀ ਇੱਕ ਹੀ ਗੱਲ ਆ ਗਈ ਇਹਨੂੰ ਸਮਝਾਇਆ ਜਣੀ ਕਹੀ ਦਾ ਇਨਸਾਨ ਆ ਵੜਦੀ ਜਾਂਦੇ ਸਮਝਾਣਾ ਮੈਂ ਇਹਨੂੰ ਨਹੀਂ ਅਕਲ ਆਣੀ ਹੈਗੀ ਨਹੀਂ ਪਤਾ ਚਲੋ ਸ਼ੇਰ ਸ਼ਾਇਰੀ ਸ਼ੇਰ ਸੁਣਾਓ ਸ਼ੇਰ ਤੁਸੀਂ ਸੁਣਾਓ ਪਹਿਲਾਂ ਤੇ ਮੈਨੂੰ ਸ਼ੇਰ ਸ਼ਾਇਰੀ ਆਂਦੀ ਵੇ ਹੁਣ ਤੇਰੇ ਮੈਂ ਇੱਥੇ ਹੋਣਾ ਸੀ ਮੈਂ ਤੇ ਮੁਸ਼ਾਇਰਾ ਕਰਦੀ ਹੋਣਾ ਸੀ ਦੰਨ ਹੋਣਾ ਸੀ ਪਤਾ ਅੱਛਾ ਸ਼ੇਰ ਸੁਣਾਵਾਂ ਕਿ ਤੇਰੇ ਨਾਲ ਪਿਆਰ ਸੀ ਢੇਰ ਸਾਰਾ ਹਰ ਐਪ ਤਾਂ ਹੀ ਤੇ ਕਟਿਆ ਮੈਂ ਅੱਗੇ ਨਹੀਂ ਆਉਂਦਾ ਅੱਗੇ ਨੂੰ ਆਉਂਦਾ ਚਲੋ ਮੈਂ ਦੱਸ ਦਿੰਦਾ ਕਿ
ਸਭ ਤਾਰੀਫ ਕਰ ਰਹੇ ਥੇ ਆਪਣੇ ਆਪਣੇ ਯਾਰ ਕੀ, ਹਮਨੇ ਨੀਂਦ ਕਾ ਬਹਾਨਾ ਕਰਕੇ ਮਹਿਫਲ ਹੀ ਛੋੜ ਦੀ। ਬਾਕੀ ਨਹੀਂ ਕਵਾਰੀ ਛੱਡਣੀ, ਕੱਲ ਵੀ ਇਹੀ ਸੁਣਾਇਆ ਸੀ ਮਾਰੇ, ਬਹੁਤ ਸ਼ੁਕਰੀਆ, ਵਧੀਆ ਹੋ ਗਿਆ। ਅਸਲਾਮ ਅਲੈਕੁਮ। ਵਾਲੀਕੁਮ ਸਲਾਮ। ਇਹ ਕੀ ਕਰਨ ਆਏ ਮੋਲ 'ਚ? ਮੋਲ 'ਚੋਂ ਤਾਂ ਉਦਾਂ ਛੋਟਾ ਭਾਈ ਪਿੰਡੋਂ ਆਇਆ ਹੋਇਆ, ਸਾਨੂੰ ਤੇਰਾ ਘੁਮਾਉਣ ਆਇਆ। ਪਿੰਡੋਂ ਆਇਆ ਹੋਇਆ ਭਰਾ ਉਹਨੂੰ ਘੁਮਾਉਣ ਆਏ? ਹਾਂਜੀ। ਪਿੰਡਾਂ ਦੇ ਮੋਲਾਂ 'ਚ ਕਿਉਂ ਆ ਕੇ ਖੁਸ਼ ਹੁੰਦੇ? ਨਹੀਂ ਐਡਾ ਵੀ ਨਹੀਂ ਉਹ ਖੁਸ਼ ਹੋਣ ਡਿਆ, ਕਿਉਂਕਿ ਇੱਥੋਂ ਦਾ ਮੋਲ ਕੁਝ ਹੋਰ ਆ। ਐਸਾ ਕੀ ਦੇਖਣਾ ਹੁੰਦਾ ਵਾ? ਕੁਝ ਨਹੀਂ, ਬਸ ਦਿਖਾਉਣ ਆਇਆ ਸੀ ਕਿ ਲੋਕ ਕਿਵੇਂ ਇੱਥੇ ਦੇ ਇੰਟਰਟੇਨਮੈਂਟ ਹੋ ਰਹੇ ਨੇ, ਕਿਵੇਂ ਚੀਜ਼ਾਂ ਬਦਲ ਰਹੀਆਂ ਨੇ। ਬਟ ਉੱਦਾਂ ਇੰਟਰਨੈਟ ਹੈਗਾ, ਹਰ ਇੱਕ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਹੁੰਦੀ, ਬਟ ਇੱਕ ਦੇਖਣਾ ਕੁਝ ਹੋਰ ਗੱਲਾਂ ਹੁੰਦੀਆਂ। ਦੇਖਣਾ ਮਤਲਬ ਰੌਣਕਾਂ ਕਹਿੰਦੀਆਂ ਇੱਧਰ ਉੱਧਰ, ਹੈ ਨਾ? ਹਾਂਜੀ ਹਾਂਜੀ। ਅੱਖ ਮਟਕਾ ਟੈਪ? ਨਹੀਂ ਨਹੀਂ, ਉੱਦਾਂ ਦਾ ਹੈਗਾ ਹੀ ਨਹੀਂ ਅਸੀਂ। ਹੈਗਾ ਨਹੀਂ, ਮਾਵਾਂ ਭੈਣਾਂ ਧੀਆਂ ਹੁੰਦਾ, ਮਾਵਾਂ ਨਹੀਂ ਹੁੰਦੀਆਂ। ਦੱਸੋ ਮੈਨੂੰ ਧੀਆਂ ਭੈਣਾਂ ਸਾਂਝੀਆਂ। ਧੀਆਂ ਭੈਣਾਂ ਆਪਣੀਆਂ ਆਪਣੀਆਂ ਸਾਂਝੀਆਂ ਹੁੰਦੀਆਂ ਨੇ, ਲਾਈਕ ਦਰ ਵਿਟੇ ਮੁਕੰਦਾ ਆਪਣੀਆਂ ਆਪਣੀਆਂ ਸਾਂਝੀਆਂ ਹੁੰਦੀਆਂ। ਕਹਿ ਧੀਆਂ ਭੈਣਾਂ ਹੁੰਦੀਆਂ ਹੀ ਸਾਂਝੀਆਂ ਵਾ। ਤੁਸੀਂ ਪੂਰਾ ਗੱਲ ਸੁਣੀ ਨਹੀਂ ਹੈਗੀ ਨਾ ਕਿ ਮੈਂ ਕਹਿਣਾ ਕੀ ਚਾਹੁੰਦਾ ਵਾਂ। ਲਾਈਕ ਆਪਣੀਆਂ ਆਪਣੀਆਂ ਠੀਕ ਹੈ, ਦੂਸਰਿਆਂ ਦੀ ਤੁਸੀਂ ਗਰੰਟੀ ਨਹੀਂ ਲੈ ਸਕਦੇ, ਤੁਸੀਂ ਇੱਜ਼ਤ ਉਹਨਾਂ ਦੀ ਕਰ ਸਕਦੇ, ਰਿਸਪੈਕਟ ਆਪ ਤੇ ਇੱਜ਼ਤ ਦੇ ਸਕਦੇ ਹੋ। ਗੱਲ ਤਾਂ ਮੈਂ ਕਰਨ ਡਿਆ, ਤੁਸੀਂ ਉਹ ਮੰਨਣ ਨਹੀਂ ਦੇ। ਆਪਣਾ ਤੁਸੀਂ ਧਿਆਨ ਰੱਖੋ, ਆਪਣਾ ਜ਼ਰਫ ਸਹੀ ਰੱਖੋ, ਦੂਜਿਆਂ ਦੀ ਟੈਨਸ਼ਨ ਨਾ ਲਵੋ। ਚਲੋ ਮੇਰਾ ਇੱਕ ਸਵਾਲ ਦੇਣਾ ਉਹਦਾ ਜਵਾਬ ਤੁਸੀਂ ਦੱਸਣਾ, ਐਸਾ ਕਿਹੜਾ ਜਾਨਵਰ ਆ 3 ਸਾਲ ਤੱਕ ਸੋ ਸਕਦਾ? ਜਾਨਵਰ ਦਾ ਤਾਂ ਨਹੀਂ ਪਤਾ ਹੈਗਾ, ਮੇਰਾ ਦੋਸਤ ਹੈਗਾ ਉਹ ਬੜਾ ਸੌਂਦਾ ਵਾ, ਬਟ ਮੈਨੂੰ ਲੱਗਦਾ ਕਿ ਕਦੇ ਕੋਈ ਜਾਨਵਰ ਨਾਲ ਕੰਪੇਅਰ, ਮਤਲਬ ਕਿ 18 ਘੰਟੇ 19 ਘੰਟੇ ਸੁੱਤਾ ਹੀ ਰਹਿੰਦਾ ਵਾ। ਸਹੀ ਕਹਿ ਰਿਹਾ? ਅੱਛਾ ਦੋਸਤ ਆ, ਨਹੀਂ ਫਿਰ ਜਾਨਵਰ ਆ, ਉਹਨੂੰ ਜਾਨਵਰ ਨਾਲ ਕੰਪੇਅਰ। ਦੋਸਤਾਂ ਵਿੱਚ ਜਾਨਵਰ, ਕੁੱਤਾ, ਬਿੱਲਾ ਚੱਲਦਾ ਰਹਿੰਦਾ, ਬੜਾ ਕੁਝ ਕਹਿੰਦੇ ਆ। ਜਾਨਵਰ ਹੀ ਕਹਿੰਦੇ, ਸਾਰੇ ਸਮਝਦੇ ਜਾਨਵਰ ਆ, ਸਮਝਦੇ ਜਾਨਵਰ ਨਹੀਂ, ਬਸ ਦੋਸਤ ਹੀ ਜਾਨਵਰ ਕਹਿ ਸਕਦੇ, ਦੂਸਰਿਆਂ ਤੋਂ ਅੰਗ ਪੈ ਗਿਆ ਉਹ। ਮੈਂ ਨਹੀਂ ਆਣੀ ਇਹ ਜਵਾਬ, ਕੋਈ ਸ਼ੇਰ ਆਂਦਾ? ਹਾਂ ਸ਼ੇਰ ਸੁਣਾ ਦੇ ਤੂੰ ਆਪ ਨੂੰ। ਜੈਸਾ ਤੂੰ ਚਾਹੇ ਵੈਸਾ ਕਰੂੰ ਬਿਲਕੁਲ, ਜੈਸਾ ਤੂੰ ਚਾਹੇ ਵੈਸਾ ਕਰੂੰ ਬਿਲਕੁਲ, ਵੋ ਮੁਝੇ ਛੋੜ ਕਰ ਚਲਾ ਗਿਆ ਹੈ, ਔਰ ਮੈਂ ਠੀਕ ਹੂੰ ਬਿਲਕੁਲ। ਠੀਕ ਹਾਂ, ਉੱਦਾਂ ਦੀ ਕੋਈ ਗੱਲ ਨਹੀਂ, ਫੇਜ਼ ਆਉਂਦੇ ਰਹਿੰਦੇ ਆ ਲਾਈਫ 'ਚੋਂ। ਮੇਰਾ ਦਿਲ ਖੁਸ਼ ਹੁੰਦਾ ਜਦੋਂ ਆ ਕੇ, ਖਾਸ ਤੌਰ ਤੇ ਮੁੰਡੇ ਕਹਿੰਦੇ ਆ ਕਿ ਅਸੀਂ ਪੜ੍ਹਾਈ ਕਰ ਰਹੇ ਸੀ, ਕੁਛ ਬਣਨਾ ਚਾਹੁੰਦੇ ਆ, ਵਧੀਆ ਲੱਗਦਾ। ਡਾਕਟਰ ਬਣਨਾ ਚਾਹੁੰਦਾ ਬੇਸਿਕਲੀ, ਗਾਉਂ ਦੇ ਵਿੱਚ ਉੱਦਾਂ ਦੀ ਫੈਸਿਲਿਟੀਜ਼ ਵਗੈਰਾ ਨਹੀਂ ਹੁੰਦੀਆਂ ਕਿ ਲੋਕਾਂ ਨੂੰ ਪ੍ਰੋਵਾਈਡ ਕੀਤੀਆਂ ਉਸ ਤਰ੍ਹਾਂ ਦੇ ਡਾਕਟਰ, ਮੈਡੀਸਨ ਵਗੈਰਾ। ਲਾਈਕ ਫਾਰਮੈਸੀ ਕਰਕੇ 2 ਸਾਲ ਵਾਲੀ ਬੈਠੇ ਹੁੰਦੇ ਆ ਜਿਹੜੇ, ਉਹਨਾਂ ਨੂੰ ਮੈਡੀਸਨ ਦੀ ਇੰਨੀ ਜ਼ਿਆਦਾ ਇਨਫੋਰਮੇਸ਼ਨ ਨਹੀਂ ਆਉਂਦੀ ਲੋਕਾਂ ਨੂੰ ਕੀ ਦੇ ਰਹੇ ਨੇ। ਇਸ ਲਈ ਮੈਂ ਚਾਹੁੰਦਾ ਕਿ ਕੁਛ ਐਸਾ ਸੈਟਅਪ ਵਿਲੇਜ ਦੇ ਅੰਦਰ ਲੈ ਕੇ ਆਉਂਦਾ ਜਾਏ, ਜਿਨ੍ਹਾਂ ਦੀ ਲੋਕਾਂ ਲਈ ਜਿਹੜੀ ਹੈਗੀ ਨਾ ਜ਼ਿੰਦਗੀਆਂ ਦਾ ਖਿਆਲ ਰੱਖਿਆ ਜਾਵੇ। ਚੰਗੀ ਗੱਲ ਹੈ, ਅੱਛੀ ਸੋਚ ਹੈ, ਬਹੁਤ ਸ਼ੁਕਰੀਆ ਜੀ, ਵਧੀਆ ਹੋ ਗਿਆ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਵਾਲੇਕੁਮ ਸਲਾਮ। ਕੀ ਕਰਨ ਆਏ ਮੋਲ 'ਚ? ਮੋਲ ਵੇਖਣ ਆਏ। ਚਲ ਉਹਨਾਂ ਨੂੰ ਸਮਝ ਆਉਂਦਾ, ਬਣਦਾ ਵੀ ਆ, ਉਹ ਆਪਣੇ ਆਪ ਨੂੰ ਇੰਝ ਕਰਕੇ। ਵੀਰੇ ਤੈਨੂੰ ਕਿਹਨੇ ਕਿਹਾ ਸੀ ਯਾਰ ਤੂੰ ਲਾਈਟ ਜਿਹਾ ਰੰਗ ਪਾ ਲੈ? ਮੈਨੂੰ ਕੰਮ ਤੋਂ ਚੁੱਕ ਕੇ ਲੈ ਕੇ ਆਏ ਨੇ, ਸੂਟ ਵੀ ਇਹਨਾਂ ਦਾ ਹੀ ਹੈ ਵੀ ਇਹਨਾਂ ਦਾ ਨਹੀਂ ਉਹ। ਚਲੋ ਔਰ ਤੇ ਜੱਚਦਾ ਹੋਣਾ ਵਾ, ਸਮਝ ਆਉਂਦੀ ਹੈ ਰੰਗ, ਸੋ ਸਮਝ ਕੇ ਚੂਜ਼ ਕਰ ਲੈਂਦਾ ਰੰਗ ਵੀਰੇ। ਇਹਨਾਂ ਨੇ ਪੁਆਇਆ ਹੁਣ, ਇਹਨਾਂ ਨੇ ਪਤਾ ਨਹੀਂ ਕੀ ਸੋਚ ਕੇ ਪੁਆਇਆ, ਸਿੱਟਣਾ ਹੋਣਾ ਸੂਟ ਇਹਨੇ ਕਿ ਸਿੱਟਣਾ ਜ਼ਰੂਰ, ਮੈਂ ਦੋਸਤ ਨੂੰ ਪੁਆ ਦਿੰਦਾ। ਇਹ ਹੁਣ ਇਹਨਾਂ ਕੋਲ ਪੁੱਛੋ ਕੀ ਕਰਨਾ ਸੀ ਵੇ, ਇੰਨਾ ਵੈਰ ਲਿਆ ਕਾਤੋਂ? ਵੈਸੇ ਦੇਖਿਆ ਮੈਂ ਆਪ ਚੰਗਾ ਲੱਗਾ, ਕੋਈ ਕੁੜੀ ਯਾਰ ਵੱਲ ਧਿਆਨ ਨਹੀਂ ਨਾ ਦਵੇ, ਇਸ ਵਾਸਤੇ ਇਹੋ ਜਿਹਾ ਸੂਟ ਪਾਇਆ। ਉਂਝ ਵੀ ਧਿਆਨ ਨਹੀਂ ਦੇਈਦਾ, ਕੁੜੀਆਂ ਤੁਹਾਡੇ ਵੱਲ ਨਹੀਂ ਦਿੰਦੀਆਂ ਹੁਣੀਆਂ ਧਿਆਨ। ਇਹ ਵੀ ਅੱਲਾ ਦੀ ਨਿਮਤ ਹੈ ਬੜੀ ਵੱਡੀ, ਇਹ ਵੀ ਸਹੀ ਹੈ, ਕੰਮ ਕੀ ਕਰਦੇ? ਕਾਰਾਂ ਦਾ ਕੰਮ ਹੈ।
ਕਾਰਾਂ ਬਣਾਉਂਦੇ ਧੋਂਦੇ ਸਾਫ ਕਰ ਕੀ ਕਰਦੇ? ਕਾਰਾਂ ਦੇ ਮਕੈਨਿਕ ਵੀ ਆ, ਡੀਲਰ ਵੀ ਆ। ਡੀਲਰ ਵੀ ਆ? ਅਰੇ ਵਾਹ, ਲੱਗ ਨਹੀਂ ਰਿਹਾ, ਰੰਗ ਤੇ ਵੇਖ ਨਹੀਂ ਲੱਗ ਰਿਹਾ ਤੁਸੀਂ ਐਂਗਲ ਤੋਂ। ਅੱਛਾ, ਲਾਹੌਰ ਦੀ ਜੰਮ ਪਲ ਆ ਵੀਰੇ? ਲਾਹੌਰ ਦੀ, ਜੋ ਹਟਾਉਣ ਦੀ ਜੰਮ ਪਲ। ਹਾਂਜੀ, ਜਵਾਬ। ਅੱਛਾ, ਤੁਸੀਂ ਦੱਸਣਾ ਐਸਾ ਕੀੜਾ ਜਾਨਵਰ ਜਿਹੜਾ 3 ਸਾਲ ਤੱਕ ਸੋ ਸਕਦਾ? ਇਹੋ ਹੀ ਇਹਨੂੰ ਪਤਾ ਹੋਣਾ ਇਹਨਾਂ ਦੇ ਜਾਨਵਰਾਂ। ਦੱਸੋ, ਇੱਕ ਬਣਦਾ ਵਾ ਪਰ ਇਹਦਾ ਨਾਮ ਨਾ ਲਈ, ਠੀਕ ਹੈ ਨਹੀਂ ਲੱਗੇਗਾ, ਦਿਲ ਦੁਖੇਗਾ ਵਿਚਾਰਾ, ਮੇਰਾ ਭਰਾ ਐਡਾ ਚੰਗਾ। ਆਈ ਥਿੰਕ ਗੈਂਡਾ। ਉਹ ਕਿਹੜਾ ਗੈਂਡਾ ਰਹਿ 3 ਸਾਲ ਤੱਕ ਸੁੱਤਾ ਰਹਿੰਦਾ? ਨਹੀਂ ਗੈਂਡਾ ਨਹੀਂ ਆ, ਫਿਰ ਹਾਥੀ ਹੋ ਸਕਦਾ। ਹਾਥੀ ਵੇ, ਕੋਈ ਹੋਲਾ ਜਾਨਵਰ ਨਹੀਂ ਲੱਭਦਾ ਵਿਆ, ਗੈਂਡਾ ਹਾਥੀ ਇਹ ਫਿਰ ਨਹੀਂ ਆਈਡੀਆ। ਮੈਂ ਹਾਰ ਗਿਆ, ਮੈਂ ਹਾਰ ਗਿਆ। ਤੁਸੀਂ ਦੱਸੋ ਕਿਹਦਾ ਜਾਨਵਰ? ਨਹੀਂ ਪਤਾ, ਮੈਂ ਪਹਿਲੇ ਆ ਰਿਹਾ ਤੁਹਾਡੇ ਤੋਂ। ਮੈਂ ਕੋਈ ਪੱਪੂ ਪੂਪੂ ਦਾ ਪੁੱਛਦੀ ਤਾਂ ਫਿਰ ਸ਼ਾਇਦ ਦੱਸ ਦਿੰਦਾ ਜਿੰਨੇ ਦਾ ਹੈਗਾ ਵਾ, ਮੈਂ ਡਾਇਰੈਕਟ ਜਾਨਵਰ ਦਾ ਪੁੱਛਿਆ ਹੈ ਨਾ। ਕਹੋ, ਮੈਂ ਹਾਰ ਗਿਆ। ਹਾਰ ਗਿਆ। ਚੱਲ ਮੇਰਾ ਵੀਰ ਕੋਈ ਨਾ ਸੋਹਣਾ ਜਿਹਾ ਸ਼ੇਰ ਸੁਣਾ ਦੇ। ਸ਼ੇਰ ਨਹੀਂ ਮੈਨੂੰ ਆਉਂਦਾ, ਇਹਨੂੰ ਆਉਂਦਾ ਸ਼ੇਰ। ਅਗਰ ਮਿਲ ਜਾਤੀ ਮੁਝੇ 2 ਦਿਨ ਕੀ ਰਿਆਸਤ, ਤੋ ਮੇਰੀ ਰਿਆਸਤ ਮੇਰੀ ਤੇਰੀ ਤਸਵੀਰ ਕੇ ਸਿੱਕੇ ਚਲਤੇ। ਵਾਹ, ਇਹ ਵੀ ਵਧੀਆ ਵਾ, ਬਹੁਤ ਸ਼ੁਕਰੀਆ ਜੀ, ਵਧੀਆ ਹੋ ਗਿਆ।